ਇੰਡੀਆ ਨਿਊਜ਼। ਅੰਮ੍ਰਿਤਸਰ ਤੋਂ ਵੱਡੀ ਖਬਰ ਦੀ ਗੱਲ ਕਰਾਂਗੇ। ਸੋ ਸ੍ਰੀ ਦਰਬਾਰ ਸਾਹਿਬ ਸਾਰੇ ਦਰਸ਼ਨ ਕਰਨ ਜਾਂਦੇ ਨੇ, ਪਰ ਦੱਸ ਦਈਏ ਸ੍ਰੀ ਦਰਬਾਰ ਸਾਹਿਬ ਨੂੰ ਲੈ ਕੇ ਵੱਡੀ ਖਬਰ ਹੈ। ਉਸਦੇ ਰਾਹ ਦੇ ਵਿੱਚ ਜਾਂਦੇ ਹੋਏ ਮਾਰਗ ਦੀ ਭੰਨ ਤੋੜ ਕੀਤੀ ਗਈ ਹੈ। ਜੀ ਹਾਂ, ਵੱਡੀ ਖਬਰ, ਸ੍ਰੀ ਦਰਬਾਰ ਸਾਹਿਬ ਤੋਂ ਵਿਰਾਸਤੀ ਮੂਰਤੀਆਂ ਦੀ ਭੰਨ ਤੋੜ ਕੀਤੀ ਗਈ ਹੈ। ਵਿਰਾਸਤੀ ਮੂਰਤੀਆਂ ਦੀ ਭੰਨ ਤੋੜ ਕੀਤੀ ਗਈ। ਸ੍ਰੀ ਦਰਬਾਰ ਸਾਹਿਬ ਜਾਂਦੇ ਸਮੇਂ ਜੋ ਰਸਤੇ ਦੇ ਵਿੱਚ ਮੂਰਤੀਆਂ ਆਉਂਦੀਆਂ ਨੇ, ਯਾਨੀ ਕਿ ਜਿਹਨਾਂ ਨੂੰ ਵਿਰਾਸਤੀ ਰੂਪ ਦਿੱਤਾ ਗਿਆ, ਉਹਨਾਂ ਨੂੰ ਭੰਨਿਆ ਗਿਆ। ਕੁਝ ਸਿੱਖ ਜਥੇਬੰਦੀਆਂ 'ਤੇ ਇਸ ਦੇ ਇਲਜ਼ਾਮ ਲੱਗੇ ਨੇ ਇਸ ਭੰਨ ਤੋੜ ਦੇ ਇਲਜ਼ਾਮ ਲੱਗੇ ਨੇ। ਤਸਵੀਰਾਂ ਵੀ ਵਿਖਾ ਰਹੇ ਹਾਂ ਤੁਹਾਨੂੰ ਕਿਸ ਤਰੀਕੇ ਦੇ ਨਾਲ ਇਹ ਭੰਨ ਤੋੜ ਕੀਤੀ ਗਈ ਹੈ ਔਰ ਕਿਸ ਤਰ੍ਹਾਂ ਇਹ ਨੁਕਸਾਨੀਆਂ ਗਈਆਂ ਨੇ। ਵਿਰਾਸਤੀ ਮੂਰਤੀਆਂ ਦੀ ਭੰਨ ਤੋੜ ਕੀਤੀ ਗਈ, ਹਾਲਾਂਕਿ ਕਿਸ ਦੇ ਵੱਲੋਂ ਕਿਉਂ ਕੀਤੀ ਗਈ ਹੈ, ਇਹ ਵੱਡਾ ਸਵਾਲ ਹੈ ਅਤੇ ਇਸ ਦੀ ਜਾਂਚ ਵੀ ਪੁਲਿਸ ਕਰਦੀ ਨਜ਼ਰ ਆ ਰਹੀ ਹੈ। ਸੋ ਦੱਸ ਦਈਏ, ਤੁਸੀਂ ਵੀ ਜਦੋਂ ਦਰਬਾਰ ਸਾਹਿਬ ਜਾਂਦੇ ਹੋ ਤਾਂ ਇਹਨਾਂ ਮੂਰਤੀਆਂ ਨੂੰ ਅਕਸਰ ਵੇਖਿਆ, ਪਰ ਵੱਡਾ ਸਵਾਲ ਇਹ ਹੈ ਕਿ ਗ੍ਰਿਫਤਾਰ ਕੀਤਾ। ਸੋ ਕੁਝ ਸਿੱਖ ਜਥੇਬੰਦੀਆਂ 'ਤੇ ਇਸ ਦੇ ਇਲਜ਼ਾਮ ਲੱਗੇ ਨੇ। ਸੋ ਵੱਡਾ ਸਵਾਲ ਇਹ ਹੈ ਕਿ ਕਿਸ ਤਰ੍ਹਾਂ ਇਹ ਕਿਸਨੇ ਭੰਨ ਤੋੜ ਕੀਤੀ ਹੈਗੀ। ਸਾਡੇ ਨਾਲ ਰਾਜੇਸ਼ ਕਿਲ ਅੰਮ੍ਰਿਤਸਰ ਤੋਂ ਪੱਤਰਕਾਰ ਨੇ। ਰਾਜੇਸ਼, ਜਾਣਕਾਰੀ ਚਾਹਾਂਗੇ ਫਿਲਹਾਲ ਇਸ ਜਿਹੜਾ ਗੰਭੀਰ ਮਸਲਾ ਸਾਹਮਣੇ ਆਇਆ। ਰਾਜੇਸ਼, ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ? ਜੀ ਜੀ, ਮਸਲਾ ਜਾਣਨਾ ਚਾਹਾਂਗੇ ਰਾਜੇਸ਼। ਦੇਖੋ, ਇਹ ਵਿਰਾਸਤੀ ਮਾਰਗ ਜਿਹੜਾ ਹੈ, ਇਸ ਦੇ ਵਿੱਚ ਇੱਕ ਸਾਈਡ ਤੇ ਭੰਗੜਾ ਗਿੱਧਾ ਪਾਉਂਦੇ ਹੋਏ ਜਿਹੜੀ ਇਹ ਮੂਰਤੀਆਂ ਲੱਗੀਆਂ ਹੋਈਆਂ ਹਨ, ਔਰ ਪੂਰੇ ਜਿਹੜਾ ਇਲਾਕਾ ਹੈ, ਪੂਰਾ ਏਰੀਆ ਹੈ, ਜਿਹੜਾ ਮਾਰਗ ਹੈ, ਉਸਨੂੰ ਵਿਰਾਸਤੀ ਦਿੱਖ ਦੇਣ ਵਾਸਤੇ ਇਹ ਮੂਰਤੀਆਂ ਲਗਾਈਆਂ ਗਈਆਂ ਹਨ। ਔਰ ਕਾਫੀ ਲੰਮੇ ਸਮੇਂ ਤੋਂ ਕੁਝ ਸਿੱਖ ਸੰਸਥਾਵਾਂ ਜਿਹੜੀਆਂ ਹਨ, ਉਹ ਇਸ ਦਾ ਵਿਰੋਧ ਕਰਦੀਆਂ ਸਨ। ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਸਾਡੀ ਵਿਰਾਸਤ ਦਾ ਹਿੱਸਾ ਨਹੀਂ ਹੈ, ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਇਹ ਮਾਰਗ ਜਾਂਦਾ, ਇਸ ਕਰਕੇ ਇਸ ਮਾਰਗ ਦੇ ਵਿੱਚ ਇਹ ਮੂਰਤੀਆਂ ਨਹੀਂ ਹੋਣੀਆਂ ਚਾਹੀਦੀਆਂ। ਔਰ ਪਹਿਲਾਂ ਕਈ ਵਾਰ ਅਟੈਂਪਟ ਉਹਨਾਂ ਵੱਲੋਂ ਕੀਤੀ ਗਈ ਸੀ ਕਿ ਇਹਨਾਂ ਮੂਰਤੀਆਂ ਨੂੰ ਤੋੜਿਆ ਜਾਵੇ, ਪਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਰੋਕ ਲਿਆ ਗਿਆ। ਪਰ ਹੁਣ ਬੀਤੀ ਰਾਤ ਇਹਨਾਂ ਨੇ ਚੁੱਪ ਚ ਬੀਤੇ ਜਾ ਕੇ ਇਹ ਮੂਰਤੀਆਂ ਜਿਹੜੀਆਂ ਤੋੜ ਦਿੱਤੀਆਂ, ਔਰ ਭੰਨ ਤੋੜ ਕੀਤੀ ਗਈ ਤੇ ਉਸ ਤੋਂ ਬਾਅਦ 8 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਇੱਕ ਵਿਅਕਤੀ ਜਿਹੜਾ 9 ਸਨ ਕੁੱਲ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਜਿਹੜਾ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਨੇ, ਔਰ ਇਸ ਤੇ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾ ਰਹੀ ਹੈ। ਪਛਾਣ ਹੋ ਚੁੱਕੀ ਹੈ, ਗ੍ਰਿਫਤਾਰੀ ਵੀ ਹੋ ਚੁੱਕੀ ਹੈ। ਵੱਡਾ ਮਸਲਾ ਇਹ ਹੈ ਰਾਜੇਸ਼ ਕਿ ਹੁਣ ਕੀ ਕੁਝ ਕਿਹਾ ਜਾ ਸਕਦਾ? ਇਸ ਤੋਂ ਇਲਾਵਾ ਹੋਰ ਸਿੱਖ ਜਥੇਬੰਦੀਆਂ ਜਾਂ ਫਿਰ ਇੱਥੋਂ ਦੇ ਜਿਹੜੇ ਜ਼ਿੰਮੇਵਾਰ ਨੇ, ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਕਿ ਅਜਿਹੀ ਹਰਕਤ ਕਰਨਾ ਕਿੱਥੋਂ ਤੱਕ ਵਾਜਿਬ ਜਿਹੜਾ? ਦੇਖੋ, ਇਹ ਜਿਹੜਾ ਮੂਰਤੀਆਂ ਨੂੰ ਤੋੜਨਾ ਜਾਂ ਜਿਹੜਾ ਵਿਰਾਸਤੀ ਦਿੱਖ ਹੈ ਉਸਨੂੰ ਖਰਾਬ ਕਰਨਾ, ਕਿਉਂਕਿ ਇਹ ਜਿਹੜੀਆਂ ਮੂਰਤੀਆਂ ਲਗਾਈਆਂ ਗਈਆਂ ਹਨ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦਾ ਮਾਰਗ ਜ਼ਰੂਰ ਹੈ, ਪਰ ਇਹ ਕਾਫੀ ਹਟਵੀਆਂ ਹਨ। ਜੇ ਆਪਾਂ ਹਰਿਮੰਦਰ ਸਾਹਿਬ ਦੀ ਗੱਲ ਕਰੀਏ, ਜੇ ਉਹਨਾਂ ਦੀ ਜੋ ਇਸ ਬਾਰੇ ਜੋ ਉਹਨਾਂ ਵੱਲੋਂ ਲੌਜਿਕ ਦਿੱਤਾ ਜਾ ਰਿਹਾ ਹੈ ਕਿ ਹਰਿਮੰਦਰ ਸਾਹਿਬ ਨੂੰ ਰਸਤਾ ਜਾਂਦਾ, ਇਸ ਕਰਕੇ ਇਹ ਮੂਰਤੀਆਂ ਨਹੀਂ ਹੋਣੀਆਂ ਚਾਹੀਦੀਆਂ, ਤਾਂ ਉਸ ਤੋਂ ਕਾਫੀ ਦੂਰ ਹੈ। ਔਰ ਇੱਕ ਵਿਰਾਸਤੀ ਦਿੱਖ ਦਿੱਤੀ ਗਈ ਹੈ, ਕਿਤੇ ਨੰਗੇਜ਼ ਬਣਨੀ ਹੈ, ਕਿਤੇ ਅਜਿਹਾ ਨਹੀਂ ਹੈ ਕਿ ਜਿਸ ਤੇ ਆਮ ਜਾਣ ਵਾਲੀ ਜਨਤਾ ਤੇ ਬੁਰਾ ਅਸਰ ਪੈ ਸਕੇ ਜਾਂ ਇਸਨੂੰ ਕੋਈ ਫੈਮਿਲੀ ਉੱਥੋਂ ਲੰਘਦੀ ਹੈ ਉਹਨਾਂ ਤੇ ਕੋਈ ਬੁਰਾ ਅਸਰ ਪੈ ਸਕੇ, ਅਜਿਹਾ ਕੁਝ ਨਹੀਂ ਹੈ। ਪਰ ਫਿਰ ਵੀ ਇਹ ਜਿਹੜੀਆਂ ਜਥੇਬੰਦੀਆਂ ਹਨ, ਇਹ ਕਾਫੀ ਦੇਰ ਤੋਂ ਇਹਨਾਂ ਮੂਰਤੀਆਂ ਦੇ ਵਿਰੋਧ ਦੇ ਵਿੱਚ ਹਨ, ਔਰ ਹਰ ਵਾਰ ਇਹਨਾਂ ਵੱਲੋਂ ਕੋਸ਼ਿਸ਼ ਇਹ ਹੁੰਦੀ ਹੈ ਕਿ ਮੂਰਤੀਆਂ ਤੱਕ ਪਹੁੰਚ ਕੀਤੀ ਜਾਏ ਔਰ ਇਹਨਾਂ ਨੂੰ ਤੋੜਿਆ ਜਾਵੇ। ਪਰ ਹੁਣ ਇਸ ਦੇ ਵਿੱਚ ਕਾਮਯਾਬ ਹੋ ਗਏ ਹਨ, ਕਿਉਂਕਿ ਇਹਨਾਂ ਨੇ ਚੁੱਪ ਚਪੀਤੇ ਇਹ ਜਿਹੜਾ ਹੈ ਉਸ ਥਾਂ ਤੇ ਪਹੁੰਚ ਕੇ ਮੂਰਤੀਆਂ ਦੀ ਭੰਨ ਤੋੜ ਕੀਤੀ ਹੈ। ਬਿਲਕੁਲ, ਤੇ ਹੁਣ ਲੋੜ ਹੈ ਰਾਜੇਸ਼ ਕੀ ਪੱਕੀ ਇੱਥੇ ਸਿਕਿਉਰਿਟੀ ਹੋਣੀ ਚਾਹੀਦੀ ਹੈ ਪੁਲਿਸ ਮੁਲਾਜ਼ਮਾਂ ਦੀ, ਉਸਦੇ ਬਾਰੇ ਇਹਨਾਂ ਦਾ ਕੀ ਕੁਝ ਕਹਿਣਾ ਪੁਲਿਸ ਮੁਲਾਜ਼ਮਾਂ ਦਾ? ਬਿਲਕੁਲ, ਪੁਲਿਸ ਵੱਲੋਂ ਇਹ ਸੋਚਿਆ ਜਾ ਰਿਹਾ, ਪਹਿਲਾਂ ਤਾਂ ਉਸ ਸਾਰਾ ਜਿਹੜੀ ਤੋੜ ਭੰਨ ਕੀਤੀ ਹੈ ਉਸਨੂੰ ਢੱਕ ਦਿੱਤਾ ਗਿਆ ਹੈ, ਕਿਉਂਕਿ ਉਹ ਸਾਰਾ ਇਲਾਕੇ ਦੀ ਦਿੱਖ ਜਿਹੜੀ ਉਸ ਦੇ ਨਾਲ ਖਰਾਬ ਹੋ ਗਈ ਹੈ, ਔਰ ਉਸਦੀ ਬਕਾਇਦਾ ਤੌਰ ਤੇ ਉਹਨੂੰ ਰੀਕੰਸਟਰਕਟ ਕੀਤਾ ਜਾਏਗਾ, ਔਰ ਉਸ ਤੋਂ ਬਾਅਦ ਜ਼ਾਹਿਰ ਤੌਰ ਤੇ ਪੁਲਿਸ ਜਿਹੜੀ ਹੈ, ਪੁਲਿਸ ਫੋਰਸ ਤੈਨਾਤ ਕੀਤੀ ਜਾਏਗੀ, ਕਿਉਂਕਿ ਗਲਿਆਰੇ ਵਿੱਚ ਆਮ ਲੋਕਾਂ ਦੀ ਸੁਰੱਖਿਆ ਜਿਹੜੀ ਉਹ ਵੀ ਬਹੁਤ ਜ਼ਰੂਰੀ ਹੈ। ਇਸ ਵਿਰਾਸਤੀ ਮਾਰਗ ਤੇ ਲੋਕਾਂ ਦੀ ਸੁਰੱਖਿਆ ਬੜੀ ਜ਼ਰੂਰੀ ਹੈ, ਇਸ ਕਰਕੇ ਹੁਣ ਕੋਸ਼ਿਸ਼ ਕੀਤੀ ਜਾਏਗੀ ਕਿ ਇਸ ਪੂਰੇ ਇਲਾਕੇ ਨੂੰ ਸੁਰੱਖਿਅਤ ਕੀਤਾ ਜਾਵੇ। ਬਿਲਕੁਲ ਠੀਕ ਹੈ, ਸ਼ੁਕਰੀਆ ਬਹੁਤ ਬਹੁਤ ਫਿਲਹਾਲ ਰਾਜੇਸ਼ ਜੁੜਨ ਦੇ ਲਈ ਸਾਡੇ ਨਾਲ। ਸੋ ਕੁੱਲ ਮਿਲਾ ਕੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਮਾਰਗ ਨੂੰ ਜਿਸ ਤਰੀਕੇ ਦੇ ਨਾਲ ਇਹਨਾਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ, ਤੇ ਇੱਕ ਵਾਰ ਨਹੀਂ ਬਲਕਿ ਬਹੁਤ ਵਾਰ ਇੱਥੇ ਕੋਸ਼ਿਸ਼ ਕੀਤੀ ਗਈ ਪਰ ਉਹ ਨਾਕਾਮਯਾਬ ਰਹੀ। ਤੇ ਫਿਲਹਾਲ ਐਕਸਕਲੂਸਿਵ ਤਸਵੀਰਾਂ ਵਿਖਾ ਰਹੇ ਤੁਹਾਨੂੰ।
ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ? ਆਇਲਸ ਇੱਕ ਮਡਿਊਲ 5.5 ਬੈਂਡ ਹੋਣ ਕਰਕੇ ਸਪਨਾ ਤੁਹਾਡਾ ਪੂਰਾ ਨਹੀਂ ਹੋ ਪਾ ਰਿਹਾ, ਆਪਣੇ ਸ਼ਹਿਰ 'ਚ ਹੋ ਰਹੇ ਸੈਮੀਨਾਰ ਦਾ ਹਿੱਸਾ ਬਣੋ। ਹੁਣੇ ਕਾਲ ਕਰੋ 90419 90419।